ਹਾਂਜੀ, ਸਤਿ ਸ਼੍ਰੀ ਅਕਾਲ ਜੀ, ਵੈਲਕਮ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ 'ਤੇ। ਹੋਪ ਤੁਸੀਂ ਸਾਰੇ ਵਧੀਆ ਜੀ, ਘੈਂਟ ਹੋਊਗੀ, ਆਪਾਂ ਵੀ ਪੂਰੇ ਵਧੀਆ ਹਾਂ। ਅਤੇ ਅੱਜ ਫਿਰ ਮੈਂ ਹਰੀ ਨਾਲ ਫੋਟੋ ਸ਼ੂਟ ਕਰਨ ਲੱਗੀ ਹਾਂ। ਆਹ ਡਰੈਸ ਸੀਗੀ ਇੱਦਾਂ ਦੀ, ਅਤੇ ਠੰਡ ਬਹੁਤ ਜ਼ਿਆਦਾ, ਕੋਟੀ ਤਾਂ ਪਾਈ ਆ। ਮੈਂ ਕਿਹਾ ਜਦੋਂ ਫੋਟੋ ਸ਼ੂਟ ਕਰਾਂਗੇ ਉਦੋਂ ਮੈਂ ਉਤਾਰੂੰਗੀ, ਕਿਉਂਕਿ ਨੈੱਟ ਦੀ ਆ। ਅਤੇ ਹਨੀ ਆ ਗਏ ਸੀਗੇ, ਦੇਖੋ ਠੰਡ ਲੱਗ ਜਾਂਦੀ ਹੈ ਅੱਜ। ਕਿੱਦਾਂ ਹੋ? ਠੀਕ ਆ, ਠੰਡ ਥੋੜਾ ਲੱਗ ਸਾ, ਗਈ ਅੱਜ, ਠੰਡ ਆ। ਅੱਜ ਮੈਂ ਅੱਜ ਠੰਡ ਹੋ ਗਈ ਆ ਹਾਂ, ਕੋਲ ਇਹਨਾਂ ਨੂੰ ਕੋਲਡ ਵੀ ਹੋਇਆ ਪਿਆ। ਹੋਰ ਤੇ ਮੈਂ ਇਹਨਾਂ ਨੂੰ ਬੁਲਾਇਆ ਸੀ, ਆ ਕਿੱਟ ਇਹਨਾਂ ਦੀ। ਮੈਂ ਕਿਹਾ ਤੁਸੀਂ ਆਪਾਂ ਦੋਨੇ ਵੀ ਥੋੜੀ ਬਹੁਤੀਆਂ ਫੋਟੋ ਵਗੈਰਾ ਕਰਾ ਲਾਂਗੇ, ਤੇ ਤਾਂ ਕਰਕੇ ਮੈਂ ਤਾਂ ਥੋੜਾ ਬਹੁਤਾ ਰੈਡੀ ਹੋ ਗਈ ਆ। ਬਸ ਹਨੀ ਨੇ ਹੋਣਾ ਤੇ ਫਿਰ ਆਪਾਂ ਫੋਟੋ ਕਰਾਂਗੇ। ਪਰ ਅੱਜ ਜਿਹੜਾ ਵੈਦਰ ਆ ਉਹ ਬਿਲਕੁਲ ਠੀਕ ਨਹੀਂ ਹੈਗਾ, ਹੈਨਾ? ਹੋਰ ਹੋਰ ਵਧੀਆ ਹੁੰਦੀ ਤਾਂ ਵਧੀਆ ਸੀਗਾ। ਹੋਰ ਹੁਣ ਫਿਰ ਮੈਂ ਕੀ ਕਰਾਂ, ਹੁਣ ਠੰਡ ਆ, ਠੰਡ ਕਰਕੇ ਹੁਣ ਹੋਣਾ ਨਹੀਂ, ਠੰਡ ਲੱਗੀ ਹੈ ਤੇ ਠਰੂ ਠਰੂ ਕਰੀ ਜਾਣਾ ਉੱਥੇ, ਹੋਰ ਕੀ ਆ। ਚੱਲ, ਜਿੱਦਾਂ ਦੀਆਂ ਵੀ ਹੋਈਆਂ ਉਦਾਂ ਦੀ ਫੋਟੋ ਕਰ ਲਾਂਗੇ ਆਪਾਂ। ਇੰਡੀਆ ਤਾਂ ਹੈ ਨਹੀਂਗਾ ਆਪਣਾ, ਯੂਕੇ ਆ। ਜੋਗੇ ਮੈਨੂੰ ਪਸੰਦ ਨਹੀਂ ਹੈਗਾ। ਇੱਕ ਪਤਾ ਨਹੀਂ ਕਿਸੇ ਨੇ ਕਮੈਂਟ ਕੀਤਾ ਸੀ ਕਿ ਤੁਸੀਂ ਓਵਰ ਐਕਟਿੰਗ ਬਹੁਤ ਜ਼ਿਆਦਾ ਕਰਦੇ ਹੋ, ਤੇ ਇਹ ਇਹ ਇੰਡੀਆ ਹੈ, ਇਹ ਯੂਕੇ ਆ, ਇੰਡੀਆ ਨਹੀਂ। ਦੱਸੋ ਯੂਕੇ 'ਚ ਕੀ ਅਲੱਗ ਹੈਗਾ? ਸਾਨੂੰ ਤਾਂ ਕੁਛ ਖਾਸ ਲੱਗਿਆ ਨਹੀਂ ਹੈਗਾ ਯੂਕੇ 'ਚ ਅਲੱਗ। ਨਾਲੇ ਰਹੀ ਗੱਲ ਓਵਰ ਐਕਟਿੰਗ ਦੀ, ਅਸੀਂ ਕੋਈ ਓਵਰ ਐਕਟਿੰਗ ਕਰਦੇ ਨਹੀਂ। ਅਸੀਂ ਜਿੱਦਾਂ ਜਿੱਦਾਂ ਅਸੀਂ ਇੰਡੀਆ 'ਚ ਰਹਿੰਦੇ ਸੀ ਉੱਦਾਂ ਹੀ ਰਹਿੰਦੇ ਹਾਂ, ਹਾਲਾਂਕਿ ਅਸੀਂ ਇੰਡੀਆ 'ਚ ਬਹੁਤ ਵਧੀਆ ਰਹਿੰਦੇ ਸੀ। ਸਾਨੂੰ ਨਹੀਂ ਕੋਈ ਖਾਸ ਹੈਗਾ, ਸਾਨੂੰ ਇੰਡੀਆ ਹੀ ਵਧੀਆ ਲੱਗਦਾ ਵਾ। ਠੀਕ ਆ, ਥੋੜ੍ਹਾ ਸੋਚ ਕੇ ਕਮੈਂਟ ਕਰਿਆ ਕਰੋ ਅੱਗੇ ਤੋਂ। ਜਿਹੜੇ ਬਹੁਤ ਵਧੀਆ ਵਧੀਆ ਕਮੈਂਟ ਆਉਂਦੇ ਆ, ਸਾਰਿਆਂ ਦੇ ਆਉਂਦੇ ਆ, ਕੋਈ ਬੁਬਾਏ ਲਿਖਦਾ, ਕੋਈ ਗੱਲ ਲਿਖਦਾ। ਅਤੇ ਇੱਕ ਦਾ ਕਮੈਂਟ ਆਇਆ ਸੀ ਵੀ ਮੈਂ ਫਸਟ ਕਮੈਂਟ ਹੀ ਕੀਤਾ ਹੈ, ਵੀ ਦੱਸਿਓ ਬੇਬੀ ਕਦੋਂ ਤੱਕ ਆ ਜਾਣਾ, ਬਸ ਥੋੜ੍ਹਾ ਟਾਈਮ ਤੁਸੀਂ ਵੇਟ ਕਰੋ ਅਤੇ ਫਿਰ ਤੁਹਾਨੂੰ ਆਪਾਂ ਜਲਦੀ ਹੀ ਦੱਸਾਂਗੇ। ਬਾਕੀ ਉਹ ਕਮੈਂਟ ਦਾ ਅਸੀਂ ਰਿਪਲਾਈ ਤਾਂ ਕੀਤਾ ਹੈ ਕਿ ਤੁਸੀਂ ਇੰਡੀਆ ਨੂੰ ਮਾੜਾ ਨਾ ਕਹੋ, ਜੋ ਯੂਕੇ 'ਚ ਆ ਉਹ ਇੰਡੀਆ 'ਚ ਹੈ ਨਹੀਂ, ਅਤੇ ਜੋ ਇੰਡੀਆ 'ਚ ਉਹ ਯੂਕੇ 'ਚ ਨਹੀਂ ਹੈਗਾ। ਠੀਕ ਹੈ, ਪਾ ਲਏ ਨੇ ਕੱਪੜੇ? ਹੋਰ ਮੈਂ ਤਾਂ ਪਾ ਵੀ ਲਏ ਆ। ਸਹੀ ਲੱਗ, ਤੈਨੂੰ 2 ਘੰਟੇ ਹੋ ਗਏ ਉੱਥੇ ਤਿਆਰ ਹੋਣ ਨੂੰ? ਆ ਤਿਆਰ ਮੈਂ ਬੜਾ ਹੋ ਗਿਆ, ਇਹਦੇ 2 ਮਿੰਟ ਲਾਏ ਸਾਰੇ। ਸਹੀ ਲੱਗਦੇ ਭਾਈ। ਹੋਰ ਬਸ ਇਕੱਲੇ ਵਾਲ ਪਾਉਣੇ ਆ, ਆ ਕੱਟ ਕੇ ਚਲਾ ਦਿੰਨਾ ਜੀ। ਵਾਲ ਵਾਲ ਹੋ ਜਾ ਕੇ ਨੀਚੇ, ਫਿਰ ਹੁਣ ਕਰ ਲਓ ਵਾਲ ਖੜੇ। ਮਜ਼ਾ ਆਉਂਦਾ ਅੱਖਾਂ ਬੰਦ ਕੀਤੀਆਂ। ਸਹੀ ਲੱਗਦੇ ਪਏ, ਹੁਣ ਦਿਖਾਇਓ ਸਹੀ ਤਰ੍ਹਾਂ ਖੜਨ ਨਾਲ, ਸਹੀ ਹੋ ਕੇ। ਸਹੀ ਲੱਗਦੇ ਆ ਵਿੱਚ, ਵੇਖੋ ਫੋਟੋ ਸ਼ੂਟ ਕਰਨਾ ਸੌਖਾ ਹੈ। ਨਾਲ ਪਾਈ ਇੱਧਰ, ਤੂੰ ਨਹਾਉਣ ਨੂੰ ਲੈਂਦਾ ਤੇ ਆ ਜੁੱਤੀ। ਕਮਲ ਦਾ ਕਹਿਣਾ ਸੀ, ਕਹਿੰਦੀ ਜੁੱਤੀ ਪਾ ਕੇ ਸੋਹਣੀ ਲੱਗਦੀ ਆ। ਹੁਣ ਜਾਂਦੇ ਆਪਾਂ ਪਾਰਕ ਵਿੱਚ, ਪਾਰਕ ਵਿੱਚ ਦੇਖਦੇ ਹਾਂ ਉੱਥੇ ਜਾ ਕੇ ਹਵਾ ਹੂਆ ਕਾਫੀ ਚੱਲ ਰਹੀ ਆ। ਪਾਰਕ ਆ ਗਏ ਸਾਡੇ ਬੰਦੇ, ਅੱਗੇ ਅੱਗੇ ਜਾ ਰਹੇ ਨੇ ਕੈਮਰਾਮੈਨ, ਤੇ ਸਭ ਤੋਂ ਜਿਹੜੇ ਘੈਂਟ ਕੈਮਰਾਮੈਨ ਆ ਉਹ ਹਜੇ ਪਿੱਛੇ ਆ ਰਹੇ ਨੇ, ਜੋ ਕਿ ਬਹੁਤ ਹੀ ਸਿਰਾ ਲਵਾਉਂਦੇ ਆ ਫੋਟੋ ਦਾ। ਪਾਰਕ ਆਪਾਂ ਪਹੁੰਚ ਗਏ ਆ, ਤੇ ਬਹੁਤ ਵੱਡੀ ਪਾਰਕ ਆ, ਬਹੁਤ ਜ਼ਿਆਦਾ ਹੋਊਗੀ 15-20 ਕਿੱਲਿਆਂ 'ਚ, ਇੰਨੀ ਵੱਡੀ ਵੀ ਨਹੀਂ ਹੈਗੀ। ਤੇ ਉੱਧਰ ਖੇਡ ਰਹੇ ਨੇ ਬੱਚੇ, ਸਾਈਡ ਤੇ ਚਾਰ
ਤੇ ਬਾਕੀ ਦੇਖਦੇ ਆ ਅੱਗੇ ਜਾ ਕੇ। ਬਹੁਤ ਸੋਹਣੀ ਆ, ਮੌਸਮ ਵੀ ਸੋਹਣਾ ਹੈ ਪਰ ਠੰਡ ਲੱਗਦੀ ਆ ਬਹੁਤ ਜ਼ਿਆਦਾ। ਫੋਟੋ ਕਰਨੀ ਆ, ਲੋਕੇਸ਼ਨ ਆ ਚੁੱਕੀ ਆ ਹਨੀ, ਜਿੱਥੇ ਫੋਟੋ ਕਰਨੀ ਉਹ ਲੋਕੇਸ਼ਨ ਆ ਚੁੱਕੀ ਆ। ਅੱਛਾ ਪੋਲ ਹੈਗੇ ਆ ਦੋ ਤਿੰਨ, ਇੱਥੇ ਥੋੜਾ ਸਹੀ ਲੱਗਦਾ ਨਾ ਨਿੱਘਾ ਜਾ। ਆ ਗਈ ਲੋਕੇਸ਼ਨ, ਇੱਥੇ ਕਰਨੀ ਆ। ਉਹ ਆ ਪੁੱਲ ਹੈ ਜਿਹੜਾ ਪੁੱਲ ਕਹਿਣੀ ਆ, ਤੇ ਉਹ ਆਉਂਦੇ ਆ ਦੇਖੀ ਸੱਦੀ ਪਾਉਂਦੇ ਪਏ ਆ। ਗੋਰਿਆਂ ਦਾ ਜਵਾਕ ਦੇਖਿਆ ਨੀ ਤੇ ਚਲੋ ਉਹਨਾਂ ਕੰਨੀ ਹੋ ਜਾਂਦੇ। ਹੈਲੋ ਹੈਲੋ, ਉਹ ਡਰ ਗਈ ਤੁਹਾਡਾ ਮੂੰਹ ਦੇਖ ਕੇ। ਚਲੋ ਫੋਟੋ ਸ਼ੂਟ ਹੋ ਗਿਆ, ਹੁਣ ਨੈਕਸਟ ਫੋਟੋ ਸ਼ੂਟ ਅਸੀਂ ਇਹਨਾਂ ਦਾ ਕਰਨਾ, ਇਹਨਾਂ ਦਾ ਕਰਾਂਗੇ ਇੱਥੇ। ਦੁਲਹਨ ਤਾਂ ਮਿਲੇ ਪਹਿਲਾਂ, ਦੁਲਹਨ ਨਾਲ ਕਰਾਂਗੇ ਫੋਟੋ ਸ਼ੂਟ ਆਪਾਂ। ਵੈਸੇ ਲੋਕੇਸ਼ਨ ਸੋਹਣੀ ਆ ਨਾ, ਘੈਂਟ ਆਉਂਦੀ ਪਈ ਆ ਲੋਕੇਸ਼ਨ ਇੱਥੇ, ਹਾਂ ਨਾਲੇ ਸਹੀ ਗੱਲ ਆ। ਤੇ ਬਸ ਥੋੜਾ ਬਹੁਤ ਆਪਾਂ ਫੋਟੋ ਸ਼ੂਟ ਕਰ ਲਿਆ, ਹੁਣ ਕੋਟੀ ਵਗੈਰਾ ਫੇਰ ਪਾਉਣ ਲੱਗੇ ਹਾਂ ਕਿਉਂਕਿ ਠੰਡ ਬਹੁਤ ਜ਼ਿਆਦਾ। ਇੱਕ ਦਿਨ 'ਚ ਵੈਦਰ ਚੇਂਜ ਹੋ ਗਿਆ ਪੂਰਾ, ਇੱਕ ਦਿਨ 'ਚ ਪਹਿਲਾਂ ਇੱਥੇ ਗਰਮੀ ਸੀ ਬਹੁਤ ਜ਼ਿਆਦਾ ਬਟ ਹੁਣ ਠੰਡ ਹੋ ਗਈ ਫੇਰ ਦੁਬਾਰਾ। ਅਤੇ ਬਾਕੀ ਪੱਤੇ ਪੁੱਤੇ ਕਾਫੀ ਜ਼ਿਆਦਾ ਖਿਲਰੇ ਪਏ ਨੇ, ਹੁਣ ਇੱਕ ਦੋ ਫੋਟੋ ਰਹਿ ਗਈਆਂ ਉਹ ਘਰ ਕੋਲ ਕਰਾਂਗੇ ਜਾ ਕੇ। ਅਤੇ ਹੁਣ ਆਪਾਂ ਜਿਹੜਾ ਫੋਟੋ ਸ਼ੂਟ ਵਗੈਰਾ ਆਪਣਾ ਕਰ ਲਿਆ ਸੀ, ਹੁਣ ਆਪਾਂ ਆ ਚੁੱਕੇ ਹਾਂ ਘਰ। ਠੰਡ ਇੰਨੀ ਕੁ ਜ਼ਿਆਦਾ, ਇੰਨੀ ਜ਼ਿਆਦਾ ਠੰਡ ਆ ਬਹੁਤ ਜ਼ਿਆਦਾ, ਤਾਂ ਕਰਕੇ ਜਲਦੀ ਜਲਦੀ ਆ ਗਏ। ਕਿੱਡੇ ਡਰੈਸ ਆ ਇਹ ਨੈੱਟ ਦੀ ਸੀਗੀ ਤਾਂ ਕਰਕੇ ਬਹੁਤ ਜ਼ਿਆਦਾ ਠੰਡ ਲੱਗਦੀ ਸੀ। ਅਤੇ ਹੁਣ ਘਰ ਆ ਗਏ ਹਾਂ, ਹੁਣ ਲੱਗੇ ਆ ਭੁੱਖ, ਕੁਛ ਖਾਂਦੇ ਪੀਂਦੇ ਹਾਂ ਥੋੜ੍ਹਾ, ਅਤੇ ਸਾਹ ਵੀ ਚੜ੍ਹ ਗਿਆ ਪੌੜੀਆਂ ਧੋਂਦੀ ਹੁੰਦੀ ਦਾ। ਅਤੇ ਬਾਕੀ ਤੁਸੀਂ ਵਲੋਗ ਨਾਲ ਬਣੇ ਰਹੋ, ਅਤੇ ਬਾਕੀ ਹੁਣ ਆਪਣੇ ਕੰਟੀਨਿਊ ਵਲੋਗ ਅੱਗੇ ਦੇ ਅੱਗੇ ਆਉਣਗੇ, ਬਹੁਤ ਘੈਂਟ ਵਲੋਗ ਹੋਣਗੇ। ਤੁਸੀਂ ਵਲੋਗ ਨਾਲ ਜੁੜੇ ਰਹਿਣਾ, ਹਰੇਕ ਵਲੋਗ ਨੂੰ ਵਧੀਆ ਰਿਸਪੋਂਸ ਦੇਣਾ, ਪਿਆਰ ਦੇਣਾ। ਅਸੀਂ ਘਰ ਆ ਕੇ ਅਸੀਂ ਇੱਧਰ ਬਣਾ ਲਈ ਚਾਹ ਅਤੇ ਇੱਧਰ ਸਾਡਾ ਪਾਸਤਾ ਹੈ। ਆ ਜ਼ਿਆਦਾ ਨਹੀਂ ਪਾ ਲਿਆ ਤੂੰ ਤੇਲ? ਸਾਰਿਆਂ ਨੇ ਖਾਣਾ ਵਾ, ਹਾਂ ਪਿਆਜ਼ ਪਾ ਦੇ ਹੁਣ ਵਿੱਚ ਸੈੱਟ ਦੇ। ਵੈਸੇ ਤਾਂ ਥੋੜੇ ਲੱਗਦੇ ਆ, ਫਿਰ ਜੇ ਵਾਹਵਾ ਨੇ ਖਾਣੀਆਂ ਉਹ ਜਿਹੜੀਆਂ ਸਬਜ਼ੀਆਂ ਜੀ ਉਹ ਪਈਆਂ ਤਾਂ ਹੈ, ਫਿਰ ਬਹੁਤ, ਫਿਰ ਉਹ ਸਬਜ਼ੀਆਂ ਸਾਰੀਆਂ ਪਾ ਦਾਂਗੇ ਨਾ ਪਿੱਛੇ। ਪਿਆਜ਼ ਆਪਾਂ ਪਾ ਦੇ ਕਿਉਂਕਿ ਆਪਾਂ ਖਾਣ ਵਾਲੇ ਵੀ ਕਾਫੀ ਜਾਣੇ ਹੈਗੇ ਆ, 8-7 ਜਾਣੇ ਤਾਂ ਹੈਗੇ ਹੈਗੇ ਆ ਨਾ ਖਾਣ ਵਾਲੇ। ਇੱਧਰ
ਪਾਸਤਾ ਰੱਖਿਆ ਹੋਇਆ ਆਪਾਂ ਲੈਣਾ। ਐਡਾ ਕੜਾਇਆ ਕਿੱਥੋਂ ਲਿਆਂਦਾ ਇਹ? ਸਵੇਰੇ ਅਸੀਂ ਆਲੂ ਵਾਲੇ ਖਾਧੇ, ਬਾਅਦ 'ਚੋਂ ਅਸੀਂ ਸਿੰਪਲ ਖਾਧੇ, ਫਿਰ ਅਸੀਂ ਮੂਲੀ ਵਾਲੇ ਖਾਧੇ ਪਰਾਂਠੇ, ਅਤੇ ਹੁਣ ਅਸੀਂ ਪਾਸਤਾ ਖਾਣ ਲੱਗੇ ਹਾਂ ਵਿਦ ਟੀ। ਵਿਦ ਟੀ ਪਾਸਤਾ ਚੱਲੂਗਾ ਸਾਡਾ ਅੱਜ। ਪਾਸਤਾ ਲੱਗਦਾ ਪੱਕ ਹੀ ਚੁੱਕਿਆ ਏ, ਅਤੇ ਇੱਧਰ ਸਬਜ਼ੀਆਂ, ਇਹਨਾਂ ਨੂੰ ਥੋੜ੍ਹਾ ਟਾਈਮ ਲੱਗੂਗਾ। ਉਹ ਘਰੇ ਪਹੁੰਚ ਗਏ ਸੀ, ਘਰੇ ਸਬਜ਼ੀਆਂ ਤਲੀ ਜਾਂਦੀਆਂ, ਪਤਾ ਨਹੀਂ ਕੀ ਬਣਾਉਣ ਲੱਗਿਆ। ਮਕਰੋਨੀ ਤੇ ਪਾਸਤਾ, ਮਕਰੋਨੀ ਵਿੱਚ ਮਕਰੋਨੀ ਵੀ ਆ। ਅੱਛਾ ਮਿਕਸ ਕਰਤੀ ਆ? ਮਿਕਸ ਕਰਤੀ ਆ, ਕਦੋਂ ਸੁੱਤੇ ਪਏ ਆ ਸਾਰੇ। ਹਨੀ ਹਨੀ ਇੱਧਰ ਕਹਿੰਦੀ ਆ ਹਨੀ ਨੂੰ ਕਿ ਬਾਹਲੀ ਨੀਂਦ ਆਈ ਆ, ਕਦੀ 12 ਵਜੇ ਉੱਠੇ ਆ ਸੁਬਾ। ਕੀ ਕਹਿੰਦੀ ਸੀ ਮੰਮੀ? ਉਸਨੇ ਮੰਮੀ ਕਹਿੰਦੀ ਬੈਠੀ ਲਾਇਆ ਮੈਂ ਤਾਂ ਬੰਦਾ ਕਰਨ ਲਾਈ ਜਾਂਦਾ ਸੀਗਾ। ਹਾਂ ਕਰਕੇ ਕਹਿੰਦੀ ਮੈਂ ਦਿਖਾਉਣੀ ਆ ਤੁਹਾਨੂੰ। ਅੱਛਾ ਤਾਂ 8 ਕਢਾਉਣਾ ਨੀਂਦ ਵੀ। ਰਾਤ ਵੀ ਸੌਂ ਗਏ ਸੀ ਸਾਰੀ ਰਾਤ ਸੁੱਤੇ, ਦਿਨ ਸੁੱਤੇ, ਅੱਧੀ 12 ਵਜੇ ਅੱਜ ਉੱਠੇ ਹਾਂ। ਹੈਂ